ਲੁਧਿਆਣਾ ਦੇ ਗਿੱਲ ਰੋਡ ਸਥਿਤ ਦਾਣਾ ਮੰਡੀ ਵਿਖੇ ਮਾਮਲਾ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਦਾਣਾ ਮੰਡੀ ਵਿੱਚ ਆਉਣ ਜਾਣ ਵਾਲੀਆਂ ਗੱਡੀਆਂ ਅਤੇ ਦੋ ਪਹੀਆ ਵਾਹਨਾਂ ਕੋਲੋਂ ਪਾਰਕਿੰਗ ਦੇ ਠੇਕੇਦਾਰਾਂ ਵੱਲੋਂ ਪਾਰਕਿੰਗ ਪਰਚੀ ਲਗਾਉਣੀ ਸ਼ੁਰੂ ਕਰ ਦਿੱਤੀ ਗਈ, ਜਿਸ ਦੇ ਰੋਸ ਦੇ ਚਲਦਿਆਂ ਸਥਾਨਕ ਲੋਕਾਂ ਵੱਲੋਂ ਵਿਰੋਧ ਜਤਾਇਆ ਗਿਆ ਅਤੇ ਦਾਣਾ ਮੰਡੀ ਦੇ ਗੇਟ ਤੇ ਧਰਨਾ ਪ੍ਰਦਰਸ਼ਨ ਕਰਕੇ ਰੋਡ ਨੂੰ ਜਾਮ ਕਰ ਦਿੱਤਾ। ਇਸ ਮੌਕੇ ਮੰਡੀ 'ਚ ਰਹਿਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਮੰਡੀ ਵਿੱਚ ਆਉਣ ਜਾਣ ਵਾਲੇ ਸਾਰੇ ਲੋਕਾਂ ਕੋਲੋਂ ਪਰਚੀਆਂ ਕੱਟੀਆਂ ਜਾ ਰਹੀਆਂ ਹਨ, ਜੋ ਕਿ ਨਜਾਇਜ਼ ਹੈ। ਉਹਨਾਂ ਮੰਗ ਕੀਤੀ ਕਿ ਇਹ ਠੇਕੇਦਾਰ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਉੱਧਰ ਇਸ ਸੰਬੰਧੀ ਜਦੋਂ ਠੇਕੇਦਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਮੌਕੇ ਤੋਂ ਨਿਕਲ ਗਿਆ। ਇਸ ਪਿੱਛੇ ਹੈਗਾ ਵੀ ਸਾਡੀ ਅੰਦਰ ਦੁਕਾਨਾਂ ਨੇ ਜਿਹੜੀ ਗੱਡੀਆਂ ਅੰਦਰ ਜਾਂਦੀਆਂ ਨੇ ਉਹ ਉਹਨਾਂ ਨੂੰ ਪਰਚੀ ਆਪਣਾ ਜਿਹੜੀ ਹੈਗੀ ਕੀ ਕਹਿੰਦੇ ਪਰਚੀਆਂ ਕੱਟਦੇ ਹੈਗੇ 20 ਰੁਪਏ 50 ਰੁਪਏ। ਅਤੇ ਪਹਿਲਾਂ ਆਲਰੇਡੀ ਮੰਡੀ ਦੇ ਵਿੱਚ ਗਾਹਕ 'ਤੇ ਲੰਬਾ ਚੌੜਾ ਆਉਂਦਾ ਨਹੀਂ ਕਿਉਂਕਿ ਰਸਤਾ ਬਾਉਂਡ ਹੈਗਾ, ਜਿਹੜੀ ਮਾੜੀ ਮਿੱਠੀ ਫੁੱਟਫਾਲ ਹੈਗੀ ਉਹ ਵੀ ਇਹਨਾਂ ਕਰਕੇ ਖਰਾਬ ਹੋ ਰਹੀ ਹੈਗੀ। ਔਰ ਜਿਹੜੇ ਬੰਦਿਆਂ ਕੋਲ ਕੰਮ ਹੈਗਾ ਉਹ ਵਿਚਾਰੇ ਕੰਮ ਕਿਸ ਤਰ੍ਹਾਂ ਕਰਨਗੇ? ਸਪੋਜ਼ ਕਰ ਮੇਰੇ ਨਾਲ ਇੱਕ ਮਕੈਨਿਕ ਹੈਗਾ, ਉਹਦੇ ਕੋਲ ਕੋਈ 100 ਰੁਪਏ ਦਾ ਕੰਮ ਕਰਾਉਣਾ ਹੋਊਗਾ, ਜੇ 50 ਰੁਪਏ ਪਹਿਲਾਂ ਪਰਚੀ ਦੇ ਗਿਆ ਉਹਦੇ ਅੰਦਰ ਆਉਣਾ ਹੀ ਨਹੀਂ ਉਹਨੇ। ਠੀਕ ਹੈ ਨਾ ਜੀ, ਮਾਮਲਾ ਹੈ ਜੀ ਨਜਾਇਜ਼ ਪਰਚੀ ਦਾ। ਦੇਖੋ ਜੀ, ਆਪਣੇ ਕੋਈ ਟੈਂਪੂ ਨਹੀਂ, ਆਪਣੇ ਕੋਈ ਸਾਥੀ ਨਹੀਂ ਇਹੋ ਜਿਹੇ ਵੀ ਜਿਹੜੇ ਆਪਾਂ ਅਸੀਂ ਫਾਲਤੂ ਜਿਹੇ ਰੋਡਾਂ ਬਲੋਕ ਕਰੀਏ। ਆਪਣੇ ਕੋਲ ਅੱਜ ਮਜਬੂਰੀ ਹੈ ਬਹੁਤ ਵੱਡੀ, ਇਹਨਾਂ ਨੇ ਇੱਕ ਨਜਾਇਜ਼ ਪਰਚੀ ਲਾਈ ਹੈ ਜਿਹੜੀ ਕਿ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ। ਇਹਨਾਂ ਨੇ ਸਿਰੇ 2 ਬੰਦੇ ਕੁੱਟੇ ਹੈ ਜਿਨ੍ਹਾਂ ਨੇ ਦਰਖਾਸਤ ਵੀ ਕਰਾਈ ਹੈ, ਅਤੇ ਇਹ ਬਿਲਕੁਲ ਨਜਾਇਜ਼ ਹੈ। ਇਸ ਕਰਕੇ ਸਾਰੇ ਦੁਕਾਨਦਾਰਾਂ ਨੇ ਅੱਜ ਇਕੱਠੇ ਹੋ ਕੇ ਇਹਨਾਂ ਨੇ ਪਰਚੀ ਵਾਲਿਆਂ ਨੇ ਜੀ ਜਿਹੜੇ ਪਰਚੀ ਵਾਲਿਆਂ ਨੇ ਸੀ ਇਹਨਾਂ ਨੇ ਸਵੇਰੇ ਬੰਦੇ ਵੱਟੇ, ਇਹਨਾਂ ਨੇ ਪਹਿਲੇ ਵੀ ਕੁੱਟੇ ਸੀਗੇ। ਪਹਿਲੇ ਕਾਂਗਰਸ ਸਰਕਾਰ ਦੀ ਇਲੈਕਸ਼ਨਾਂ ਦੇ ਵਿੱਚ ਪਰਚੀ ਬੰਦ ਹੋ ਗਈ ਸੀਗੀ, ਅੱਜ ਫੇਰ ਚਾਲੂ ਹੋ ਗਈ ਆ, ਅਤੇ ਬਿਲਕੁਲ ਨਜਾਇਜ਼ ਆ। ਪਾਰਕਿੰਗ ਨੇ ਮੰਡੀ ਬੋਰਡ ਨੇ ਜ਼ਰੂਰ ਠੇਕਾ ਦਿੱਤਾ ਹੋਏਗਾ, ਇਹਨਾਂ ਨੂੰ ਦਿੱਤਾ ਵੀ ਆ ਠੇਕਾ, ਇਹਨਾਂ ਨੇ ਪਾਰਕਿੰਗ ਦਾ ਦਿੱਤਾ, ਨਾ ਕਿ ਐਂਟਰੀ ਫੀਸ ਦਾ ਦਿੱਤਾ। ਅਤੇ ਅਸੀਂ ਐਂਟਰੀ ਫੀਸ ਕਾਹਦੇ ਵਾਸਤੇ ਦਈਏ? ਕੋਈ ਸਿਲੰਡਰ ਲੈਣ ਆਉਂਦਾ, ਕੋਈ ਮਕੈਨਿਕ ਕੋਲ ਗੱਡੀ ਠੀਕ ਕਰਾਉਣ ਆਉਂਦਾ, ਕੋਈ ਕੋਕ ਵਾਲਾ ਆਪਣੇ ਕਰਿਆਨੇ ਦੇ ਕੋਈ ਕੋਕ ਦੇਣ ਆਉਂਦਾ, ਅਤੇ ਉਹ ਜੇ ਪੈਸੇ ਦੇ ਕੇ ਹੀ ਆਏਗਾ ਤਾਂ ਅਗਲਾ ਕਿਉਂ ਦੁਕਾਨਦਾਰੀ ਅੰਦਰ ਕਰੂਗਾ ਜੀ? ਬਾਹਰ ਦੁਕਾਨਦਾਰੀ ਕਿਉਂ ਨਹੀਂ ਕਰੂਗਾ? ਉਹ ਮੰਡੀ ਦੇ ਵਿੱਚ ਅਸੀਂ ਦੁਕਾਨਾਂ ਲਈਆਂ, ਦੁਕਾਨਾਂ 'ਚ ਬੈਠੇ ਹਾਂ ਅਸੀਂ ਕਾਹਦੇ ਵਾਸਤੇ ਕਰੀਏ? ਮੰਗ ਇਹ ਆ ਜੀ, ਨਜਾਇਜ਼ ਪਰਚੀ ਬੰਦ ਹੋਣੀ ਚਾਹੀਦੀ ਹੈ ਜੀ। ਇਹ ਮਾਮਲਾ ਸਰ ਇਹ ਆ ਵੀ ਜਿਹੜਾ ਦਾਣਾ ਮੰਡੀ ਦੇ ਅੰਦਰ ਆ ਕੋਈ ਠੇਕੇ ਦੇ ਦਿੱਤੀ ਆ ਕਿਸੇ ਨੂੰ, ਠੇਕੇਦਾਰ ਨੂੰ, ਉਹ ਇਹਨਾਂ ਦੀ ਜਿਹੜਾ ਵੀ 3-wheeler ਜਾਂ ਰਿਕਸ਼ਾ ਵਾਲਾ ਜਾਂਦਾ ਉਹਦੀ ਪਰਚੀ ਕੱਟਦੇ 40 ਰੁਪਏ 20 ਰੁਪਏ। ਇਹ ਕਹਿੰਦੇ ਵੀ ਸਾਡੇ ਅੰਦਰ ਆਪਦੇ ਮਕਾਨ ਨੇ, ਉਹਨਾਂ ਨੂੰ ਵੀ ਇਹ ਪਰਚੀ ਕੱਟਦੇ ਨੇ। ਇਸੇ ਗੱਲ ਨੂੰ ਲੈ ਕੇ ਇਹਨਾਂ ਜਾਮ ਲਾਇਆ, ਉਹ ਹੁਣ ਬੈਠ ਕੇ ਇਹਨਾਂ ਨੂੰ ਬੁਲਾ ਕੇ ਇਹਨਾਂ ਦਾ ਸਮਝੌਤਾ ਕਰਨਾ, ਜਿੱਦਾਂ ਵੀ ਉਹ ਕਾਰਵਾਈ ਜਿਹੜੀ ਇਹਨਾਂ ਕਹਿੰਦੇ ਕੁੱਟਮਾਰ ਕੀਤੀ ਆ ਉਹਦੀ ਕਾਰਵਾਈ ਚੱਲ ਰਹੀ ਆ, ਜਾਮ ਖਲਾਤਾ ਜੀ, ਜਾਮ ਖਲਾਤਾ। ਜਾਗਰਤੀ ਲੈਣ ਲਈ ਲੁਧਿਆਣਾ ਤੋਂ ਸੁਰਿੰਦਰ ਅਰੋੜਾ, ਸੋਨੀ ਦੀ ਰਿਪੋਰਟ।